ਸ਼ਬਦ ਇੱਕ ਥਰ ਕੰਬਣੀਆਂ ਉਪਜਾ ਰਿਹਾ ਨਾ ਮੇਰੇ ਅੰਦਰੋਂ ਨਾ ਬਾਹਰੋਂ ਆ ਰਿਹਾ ਸ਼ਬਦ ਇੱਕ ਥਰ ਕੰਬਣੀਆਂ ਉਪਜਾ ਰਿਹਾ ਨਾ ਮੇਰੇ ਅੰਦਰੋਂ ਨਾ ਬਾਹਰੋਂ ਆ ਰਿਹਾ ਸ਼ਬਦ ਆ ਰਿਹਾ ਪਰ ਪਤਾ ਨਹੀਂ ਲੱਗਦਾ ਅੰਦਰੋਂ ਸੁਣਦਾ ਕਿ ਬਾਹਰੋਂ ਸੁਣਦਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਜਿਹੜੇ ਅਭਿਆਸੀ ਨੇ ਗੁਰਮੁਖ ਉਹਨਾਂ ਨਾਲ ਸੰਬੰਧਿਤ ਇਹ ਸਬਜੈਕਟ ਹੈ ਆਪਾਂ ਵਾਹਿਗੁਰੂ ਵਾਹਿਗੁਰੂ ਜ਼ਬਾਨ ਤੋਂ ਬੋਲਦੇ ਹਾਂ ਤੇ ਆਪਣੇ ਕੰਨਾਂ ਦੇ ਨਾਲ ਉਸ ਆਵਾਜ਼ ਨੂੰ ਸੁਣਦੇ ਹਾਂ ਜਦੋਂ ਨਾਮ ਸਿਮਰਨ ਕਰਦਿਆਂ ਕਰਦਿਆਂ ਅਭਿਆਸੀ ਇਸ ਅਵਸਥਾ ਤੇ ਪਹੁੰਚ ਜਾਂਦਾ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਵਾਹਿਗੁਰੂ ਦੀ ਆਵਾਜ਼ ਮੇਰੇ ਅੰਦਰੋਂ ਆ ਰਹੀ ਹੈ ਜਾਂ ਬਾਹਰੋਂ ਕੋਈ ਗਾ ਰਿਹਾ ਬੋਲੋ ਵਾਹਿਗੁਰੂ ਵਾਹਿਗੁਰੂ ਪਤਾ ਨਹੀਂ ਲੱਗਦਾ ਬੋਲਣ ਵਾਲਾ ਕੌਣ ਹੈ ਤੇ ਸੁਣਨ ਵਾਲਾ ਕੌਣ ਹੈ ਬੋਲਣ ਵਾਲਾ ਵੀ ਗਵਾਚ ਜਾਂਦਾ ਸੁਣਨ ਵਾਲਾ ਵੀ ਗਵਾਚ ਜਾਂਦਾ ਇੱਕੋ ਸ਼ਬਦ ਹੀ ਬਾਕੀ ਰਹਿ ਜਾਂਦਾ ਇਹ ਵਿਆਖਿਆ ਸ਼ਬਦ ਇੱਕ ਥਰ ਕੰਬਣੀਆਂ ਉਪਜਾ ਰਿਹਾ ਨਾ ਮੇਰੇ ਅੰਦਰੋਂ ਨਾ ਬਾਹਰੋਂ ਆ ਰਿਹਾ ਪੁੱਛ ਰਹੇ ਹੋ ਫੇਰ ਕਿੱਧਰੋਂ ਆ ਰਿਹਾ ਭਾਲਦੇ ਹੋ ਜਿੱਥੇ ਉਧਰੋਂ ਆ ਰਿਹਾ ਪੁੱਛ ਰਹੇ ਹੋ ਮੂੰਹ ਕਰਾਂ ਕਿਸ ਪਾਸੜੇ ਪੁੱਛ ਰਹੇ ਹੋ ਮੂੰਹ ਕਰਾਂ ਕਿਸ ਪਾਸੜੇ ਆ ਰਿਹਾ ਹੈ ਸ਼ਹਿਨ ਸ਼ਾਹ ਜਿਸ ਰਾਸਤੇ ਆ ਰਿਹਾ ਹੈ ਸ਼ਹਿਨ ਸ਼ਾਹ ਜਿਸ ਰਾਸਤੇ ਉਹ ਸ਼ਹਿਨ ਸ਼ਾਹ ਆ ਗਿਆ ਸ਼ਹਿਨ ਸ਼ਾਹ ਬਾਬਾ ਮੈਂ ਤਾਂ ਕਲਿਆਣ ਦਾਸ ਜੀ ਪੁੱਤਰ ਨਾ ਸਮਝ ਲਿਓ ਕਿਤੇ ਉਹ ਸਦੀਵੀ ਪਾਤਸ਼ਾਹੀ ਵਾਲਾ ਆ ਗਿਆ ਸ਼ਹਿਨ ਸ਼ਾਹ ਆ ਗਿਆ ਸੁਲਤਾਨ ਆ ਗਿਆ ਜਿਹਦਾ ਆਸਣ ਹਰ ਖੰਡ ਬ੍ਰਹਿਮੰਡ ਦੇ ਵਿੱਚ ਲੱਗਿਆ ਹੋਇਆ ਅੱਜ ਤੇਰੇ ਘਰ ਦੇ ਵਿੱਚ ਉਹ ਆ ਗਿਆ ਬੋਲੋ ਵਾਹਿਗੁਰੂ ਪੁੱਛ ਰਹੇ ਹੋ ਮੂੰਹ ਕਰਾ ਕਿਸ ਪਾਸੜੇ ਆ ਰਿਹਾ ਹੈ ਸ਼ਹਿਨ ਸ਼ਾਹ ਜਿਸ ਰਾਸਤੇ ਆ ਰਿਹਾ ਹੈ ਸ਼ਹਿਨ ਸ਼ਾਹ ਜਿਸ ਰਾਸਤੇ ਉਸ ਜਗ੍ਹਾ ਮੇਵੇ ਪੱਕਣ ਭਾਗਾਂ ਦੇ ਨਾਲ ਪੱਥਰਾਂ ਚੋਂ ਉਮੰਗਦੇ ਹੀਰੇ ਤੇ ਲਾਲ ਪੱਥਰਾਂ ਚੋਂ ਉਮੰਗਦੇ ਹੀਰੇ ਤੇ ਲਾਲ ਉਹ ਪ੍ਰੇਮ ਦੀ ਖੇਤੀ ਉਹ ਪ੍ਰੇਮ ਦੇ ਬੀਜ ਜਿੱਥੇ ਜੰਮਦੇ ਨੇ ਫੁੱਲਦੇ ਨੇ ਵੱਡੇ ਹੁੰਦੇ ਨੇ ਵਿਕਸਦੇ ਨੇ ਉਹ ਆ ਰਿਹਾ ਜਿਹਦੇ ਚਰਨਾਂ ਦੀ ਇੱਕ ਠੋਕਰ ਦੇ ਨਾਲ ਪੱਥਰਾਂ ਦੇ ਵਿੱਚੋਂ ਲਾਲ ਪੈਦਾ ਹੋ ਜਾਣੇ ਬੋਲੋ ਵਾਹਿਗੁਰੂ ਲਾਲ ਪੈਦਾ ਹੋ ਜਾਣੇ ਹੁਣ ਜਗਿਆਸੂ ਪੁੱਛਦਾ ਕਿ ਅੱਗੇ ਦੀ ਗੱਲ ਹੋਰ ਦੱਸ ਉਹ ਕਿਵੇਂ ਦਾ ਹੈ ਆਪਾਂ ਵੀ ਇਹੀ ਪੁੱਛਦੇ ਹਾਂ ਦੱਸੋ ਰੱਬ ਕਿਵੇਂ ਦਾ ਹੈ ਵਾਹਿਗੁਰੂ ਕਿਵੇਂ ਦਾ ਹੈ ਭਗਤ ਜੀ ਕਹਿੰਦੇ ਦੱਸਿਆ ਨਹੀਂ ਜਾ ਸਕਦਾ ਕਿਵੇਂ ਦਾ ਕਿਵੇਂ ਦੱਸੀਏ ਉਸ ਜਗ੍ਹਾ
मेवे पकन भागां दे नाल पत्थरा चो उमंग दे हीरे ते लाल पत्थरा चो उमंग दे हीरे ते लाल गल उस दी की करा दस्तूर ना गल उस दी की करा दस्तूर ना इसलिए कुछ कहन तो मजबूर हा इसलिए कुछ कहन तो मजबूर हा इसलिए कुछ कहन तो मजबूर हा।